ਲਓ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਸੁਖਦੀਪ ਸਿੰਘ ਜੀ ਹੋਰਾਂ ਦੇ ਘਰ ਬਣੇ ਹੋਏ ਮਿਊਜ਼ੀਅਮ ਦੇ ਵਿੱਚ। ਨਾਲੇ ਨਾਲੇ ਆਪਾਂ ਸਰ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਦੇਖਦੇ ਹਾਂ ਮਿਊਜ਼ੀਅਮ ਦੇ ਵਿੱਚ ਕਿਹੜੀਆਂ ਚੀਜ਼ਾਂ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਸਰ, ਤੁਹਾਡੇ ਮਿਊਜ਼ੀਅਮ ਦੇ ਵਿੱਚ ਜੀ ਇੱਕ ਫੋਟੋ ਤਸਵੀਰ ਸਾਨੂੰ ਨਜ਼ਰ ਆਈ ਹੈ, ਇਹਨਾਂ ਬਾਰੇ ਥੋੜ੍ਹਾ ਦੱਸੋ ਕਿ ਕਿਹਨਾਂ ਦੀ ਤਸਵੀਰ ਹੈ। ਇਹ ਮੇਰੇ ਵੱਡੇ ਭਾਈ ਸਾਹਿਬ ਨੇ, ਮੇਰੀ ਭੂਆ ਜੀ ਦੇ ਬੇਟੇ ਨੇ, ਇਹ ਮੇਰੇ ਭੂਆ ਜੀ ਦੇ ਬੇਟੇ ਨੇ। ਇਹ ਪੰਜਾਬ ਗੌਰਮੈਂਟ ਦੇ ਵਿੱਚ ਸੈਂਟਰ ਗੌਰਮੈਂਟ 'ਚ ਇਹਨਾਂ ਨੇ ਕੰਮ ਕੀਤਾ। ਇਸ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਇਸ ਘਰ ਦੇ ਵਿੱਚ ਇਹਨਾਂ ਦੇ ਨਾਨਕੇ ਨੇ। ਇਹ ਇਹਨੂੰ ਨਾਨਕਾ ਪਰਿਵਾਰ ਨਹੀਂ ਸਮਝਦੇ, ਇਹ ਕਹਿੰਦੇ ਨੇ ਮੇਰਾ ਪਿੰਡ ਆ ਧੰਨੋਵਾਲੀ। ਇਸ ਪਿੰਡ ਦੇ ਵਿੱਚੋਂ ਇਹ ਪੜ੍ਹ ਲਿਖ ਕੇ IAS ਆਫਿਸਰ ਬਣੇ ਨੇ ਔਰ ਚੀਫ ਸੈਕਟਰੀ, ਅਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਐਂਡ ਜਸਟਿਸ ਰਿਟਾਇਰ ਹੋਏ ਨੇ, 2-3 ਮਹੀਨੇ ਹੋ ਗਏ ਨੇ। ਮਹਾਰਾਜ ਦੀ ਕਿਰਪਾ ਨਾਲ ਜਿਹੜਾ ਵੀ ਬੰਦਾ ਇਹਨਾਂ ਕੋਲ ਕੋਈ ਵੀ ਕੰਮ ਲਈ ਜਾਂਦਾ ਸੀ, ਇਹ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਉਸ ਬੰਦੇ ਦਾ ਕੰਮ ਕਰਵਾਉਂਦੇ ਸੀ। ਸੋ ਮਹਾਰਾਜ ਤੰਦਰੁਸਤੀ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਪਰਿਵਾਰ ਦੇ ਵਿੱਚ ਹੋਰ ਵੀ ਮੇਰੇ ਤਾਏ ਚਾਚੇ ਬਹੁਤ ਵੱਡੇ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ, ਉਹਨਾਂ ਦਾ ਵੀ ਇਸ ਘਰ ਨਾਲ ਬਹੁਤ ਪਿਆਰ ਆ ਸਾਰਿਆਂ ਨਾਲ। ਹਾਂਜੀ ਸਰ, ਕੁਛ ਰੇਡੀਓ ਦੇਖਣ ਨੂੰ ਮਿਲ ਰਹੇ ਨੇ ਜੀ, ਕਿੰਨੇ ਕੁ ਸਾਲ ਪੁਰਾਣੇ ਨੇ? ਇਹ ਰੇਡੀਓ ਜ਼ਿਆਦਾ ਨਹੀਂ, 80 ਸਾਲ ਦੇ ਕਰੀਬ ਪੁਰਾਣੇ ਨੇ। ਇਹ ਟਰਾਂਜਿਸਟਰ ਰੇਡੀਓ ਨੇ, ਬੁਸ਼ ਕੰਪਨੀ ਦੇ, ਫਿਲਿਪਸ ਦੇ, ਮਰਫੀ ਦੇ। ਇਹ ਛੋਟੇ ਜਿਹੜੇ ਪੋਕਟ ਰੇਡੀਓ ਹੁੰਦੇ ਸੀ ਨਾ, ਉਸ ਤੋਂ ਬਾਅਦ ਇਹ ਵਾਲੇ ਰੇਡੀਓ ਆਏ ਸੀ ਛੋਟੇ, ਇਹ ਉਹੀ ਵਾਲੇ ਰੇਡੀਓ ਨੇ। ਇਹਨਾਂ ਦੇ ਉੱਤੇ ਆਮ ਅੰਗੀਠੀਆਂ ਦੇ ਉੱਤੇ, ਘਰਾਂ ਦੇ ਵਿੱਚ ਲੱਕੜ ਦੀਆਂ ਪੁਰਾਣੀਆਂ ਅੰਗੀਠੀਆਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਪਏ ਹੁੰਦੇ ਸੀ ਅਤੇ ਬਜ਼ੁਰਗ ਲਾ ਕੇ ਇਹਨਾਂ ਨੂੰ ਸੁਣਦੇ ਹੁੰਦੇ ਸੀ। ਉਦੋਂ ਸਟੇਸ਼ਨ ਵੀ ਸਾਰੇ ਚੱਲਦੇ ਸੀ, ਹੁਣ ਤਾਂ ਸਟੇਸ਼ਨ ਹੀ ਇਹਨਾਂ ਨੇ ਇੱਕ ਕਰ ਦਿੱਤਾ, ਬਾਕੀ ਸਟੇਸ਼ਨ ਵੀ ਬੰਦ ਕਰ ਦਿੱਤੇ ਜੀ। ਇਹ ਉਹ ਵਾਲੇ ਪੁਰਾਣੇ ਰੇਡੀਓ ਹੈ। ਸਰ, ਮਿਊਜ਼ੀਅਮ ਦੇ ਵਿੱਚ ਇੱਕ ਬਾਕਸ ਹੈ ਜੀ, ਇਹਦੇ ਬਾਰੇ ਕੁਛ ਦੱਸੋ, ਇਹ ਕੀ ਹੈ ਜੀ? ਇਹ ਬਾਕਸ ਨਹੀਂ ਹੈ ਜੀ, ਇਹ ਮੇਰੇ ਦਾਦਾ ਜੀ ਦੀ ਜਮੈਟਰੀ ਆ, ਪਹਿਲਿਆਂ ਵੇਲਿਆਂ ਦੀ। ਇਹ ਜਿਹੜੀ ਜਮੈਟਰੀ ਹੈ ਉਹਨਾਂ ਨੇ ਆਪ ਬਣਵਾਈ ਸੀ ਲੱਕੜ ਦੀ। ਹਾਂਜੀ, ਆਹ ਦੇਖੋ, ਇੱਦਾਂ ਖੁੱਲਦੀ ਆ, ਇਹਦੇ ਵਿੱਚ ਇੱਕ ਆਹ ਲੱਗਾ ਲੌਕ, ਇਹ ਵੀ ਖੁੱਲਦਾ, ਉਸ ਤੋਂ ਬਾਅਦ ਆ ਢੱਕਣ ਚੱਕ ਹੁੰਦਾ ਜੀ। ਇਹਦੇ ਵਿੱਚ ਉਹਨਾਂ ਦੇ ਟਾਈਮ ਦਾ ਇੱਕ ਪਾਰਕਰ ਦਾ ਪੈੱਨ ਪਿਆ, ਜਿਹੜਾ ਕਿ ਵਿੱਚ ਨਿਬ ਗੋਲਡ ਦੀ ਆ, ਹੈਂਡਲ ਗੋਲਡ ਦਾ, ਸਾਰਾ ਗੋਲਡ ਦਾ ਵਿੱਚੋਂ। ਇਹ ਉਹਨਾਂ ਦੀ ਨਿਸ਼ਾਨੀ, ਇਹ ਆਫਿਸ ਲੈ ਕੇ ਜਾਂਦੇ ਹੁੰਦੇ ਸੀ ਆਹ ਵਾਲਾ ਪੈੱਨ, ਇਹ ਸੰਭਾਲ ਕੇ ਰੱਖਿਆ। ਨਾਲੇ ਉਹਨਾਂ ਦੇ ਟਾਈਮ ਦੀਆਂ ਪੈਨਸਲਾਂ ਪਹਿਲੀਆਂ ਪੁਰਾਣੀਆਂ, ਬ੍ਰਿਟਿਸ਼ ਮੇਡ ਇਨ ਇੰਗਲੈਂਡ ਦੀਆਂ। ਹਾਂਜੀ, ਇਹ ਮੈਂ ਸਾਰੀਆਂ ਸੰਭਾਲ ਕੇ ਰੱਖੀਆਂ ਆ ਜੀ, ਇਹ ਤੁਹਾਨੂੰ ਸਾਰੀਆਂ ਮੈਂ ਦਿਖਾ ਰਿਹਾ ਵਾਂ, ਔਰ ਇਹ ਦੇਖਣ ਯੋਗ ਆ ਚੀਜ਼ਾਂ। ਇਹ ਮੁੜ ਕੇ ਵਿਰਾਸਤ ਜਿਹੜੀ ਹੁਣ ਅੱਜ ਦੇ ਟਾਈਮ ਦੇ ਵਿੱਚ ਤਾਂ ਪੈਨਸਲਾਂ ਹੋਰ ਹੀ ਕੰਪਨੀ ਦੀਆਂ ਆ ਰਹੀਆਂ, ਇਹ ਪੁਰਾਣੀਆਂ ਪੈਨਸਲਾਂ, ਇਹ ਪੈਨਸਲਾਂ ਹੁਣ ਕਿਤੇ ਅਵੇਲੇਬਲ ਨਹੀਂ ਹੋਣੀਆਂ। ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਾਂਗਾ, ਅਸ਼ਾਈ ਵਾਲੀ ਦਵਾਤ ਹੁੰਦੀ ਸੀ ਪੁਰਾਣੀ, ਇਹ ਜਿਹੜੀ ਦਵਾਤ ਹੈ ਇਹਦੇ ਵਿੱਚ ਪਾ ਕੇ ਤਾਂ ਪੜ੍ਹਨ ਜਾਂਦੇ ਹੁੰਦੇ ਸੀ ਦਵਾਤ ਨਾਲ, ਪੁਰਾਣੇ ਬੰਦਿਆਂ ਦੀਆਂ ਦਵਾਤਾਂ ਇਹ ਪਹਿਲੇ ਵੇਲੇ ਦੀਆਂ। ਹਾਂਜੀ, ਹੁਣ ਨਹੀਂ ਇਹ ਲੱਜਦੀਆਂ। ਮਿਊਜ਼ੀਅਮ ਦੇ ਵਿੱਚ ਪਈ ਹੋਈ ਲਾਲਟੇਨ ਇਹ ਕਿੰਨੇ ਕੁ ਸਾਲ ਪੁਰਾਣੀ ਹੈਗੀ ਹੈ ਜੀ? ਇਹ 150 ਸਾਲ ਪੁਰਾਣੀ ਲਾਲਟੇਨ ਆ ਜੀ, ਇਹ ਸਾਡੇ ਦਾਦੇ, ਮਤਲਬ ਕਿ ਮੇਰੇ ਬਾਬਾ ਜੀ ਦੇ ਵੀ ਗਾਂ ਜਿਹੜੇ ਫਾਦਰ ਸੀਗੇ ਨਾ ਜੀ, ਉਹਨਾਂ ਦੀ ਖਰੀਦ ਆ ਇਹ। ਇਹਦਾ ਸ਼ੀਸ਼ਾ ਨਹੀਂ ਸੀ ਮਿਲਦਾ, ਫਿਰ ਮੈਂ ਦਿੱਲੀ ਤੋਂ ਅਵੇਲੇਬਲ ਕੀਤਾ ਇਹਨੂੰ, ਮੈਂ ਲੱਜਿਆ ਬੜਾ ਧੱਕੇ ਖਾਧੇ ਸ਼ੀਸ਼ੇ ਬਦਲੇ, ਮੈਂ ਕਿਹਾ ਸ਼ੀਸ਼ਾ ਮਿਲੂਗਾ ਤਾਂ ਇਹਦੀ ਗੈਟਅਪ ਬਣਨੀ ਆ। ਇਹ ਫਿਰ ਮੈਂ ਉਦੋਂ ਲਿਆਂਦੀ, ਉਹਨਾਂ ਵੇਲਿਆਂ ਦੇ ਵਿੱਚ ਇਹ ਉਸ ਵੇਲੇ ਦੀ ਲਾਲਟੈਨ ਆ ਜਦੋਂ ਬਿਜਲੀ ਹੁੰਦੀ ਨਹੀਂ ਸੀ ਕਿਸੇ ਵੀ ਸਮੇਂ, ਘਰਾਂ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ, ਤਾਂ ਰਾਤ ਨੂੰ ਇਹ ਗਲੀਆਂ ਗੁਲੀਆਂ ਦੇ ਵਿੱਚ ਪੁਰਾਣੀ ਲਾਲਟੈਨ ਬਾਲ ਕੇ ਜਗਾ ਕੇ ਇਹ ਇਹਦੇ ਨਾਲ ਹੀ ਆਪਣਾ ਸਾਰਾ ਕੰਮ ਕਾਰਜ ਹੁੰਦਾ ਸੀ, ਰੋਟੀ ਪਾਣੀ ਇਹਦੇ ਨਾਲ ਹੀ ਬਣਾਉਂਦੇ ਹੁੰਦੇ ਸੀ, ਇਹ ਉਹ ਲਾਲਟੈਨ ਪੁਰਾਣੀ। ਹਾਂਜੀ ਸਰ, ਇਹ ਅਲਾਰਮ ਘੜੀਆਂ ਜਿਹੜੀਆਂ ਪਈਆਂ ਨੇ ਇਹ ਕਿੰਨੀਆਂ ਕੁ ਪੁਰਾਣੀਆਂ ਘੜੀਆਂ ਤੁਹਾਡੇ ਕੋਲ? ਇਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਅਲੱਗ ਅਲੱਗ ਕਲਰ ਦੀਆਂ, ਉਹ ਕਾਫੀ ਪੁਰਾਣੀਆਂ ਲੱਗਦੀਆਂ, ਇਹਨਾਂ ਬਾਰੇ ਕੁਝ ਦੱਸੋ ਜੀ, ਕਿੰਨੀਆਂ ਕੁ ਪੁਰਾਣੀਆਂ ਨੇ? ਇਹ 80 ਤੋਂ 100 ਸਾਲ ਦੇ ਕਰੀਬ ਪੁਰਾਣੀਆਂ ਘੜੀਆਂ ਜੀ। ਮੈਂ ਤੁਹਾਨੂੰ ਇੱਕ ਘੜੀ ਦਿਖਾਊਂਗਾ ਵੀ, ਆਹ ਦੇਖੋ ਇਹਦਾ ਜਿਹੜਾ ਡਾਇਲ ਆ, ਕਾਗਜ਼ ਦਾ ਡਾਇਲ ਆ, ਔਰ ਇਹ ਚਲਾਉਣ ਨੂੰ ਤਾਂ ਮੈਂ ਚਲਾ ਵੀ ਦਊਂਗਾ ਪਰ ਮਿਹਨਤ ਬਹੁਤ ਕਰਨੀ ਪੈਣੀ ਹੈ ਇਹਦੇ ਉੱਤੇ, ਇਹਦੀਆਂ ਸਫਾਈ ਸਫੂਈ ਕਰਕੇ ਇਹਦੀਆਂ ਛੋਟੀਆਂ ਛੋਟੀਆਂ ਪੁਰਜੇ ਹੁੰਦੇ ਉਹਨਾਂ ਨੂੰ ਠੀਕ ਕਰਨਾ ਪੈਣਾ, ਮੈਂ ਚਲਾ ਵੀ ਦਊਂਗਾ ਪਰ ਇਹ ਪੁਰਾਣੀਆਂ
ਉਦੋਂ ਦੀਆਂ ਨਿਸ਼ਾਨੀਆਂ ਸਾਰੇ ਇਹ ਮੇਰੀਆਂ ਸਾਰੀਆਂ ਘਰ ਦੀਆਂ ਨਹੀਂ ਆ, ਇਹ ਮੈਨੂੰ ਗਿਫਟ ਕੀਤੀਆਂ ਲੋਕਾਂ ਨੇ। ਉਹ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਰੱਖ ਲਓ ਸਾਂਭ ਕੇ, ਤੁਸੀਂ ਸੁਖਦੀਪ ਜੀ ਸਾਂਭਦੇ ਹੋ ਇਹ, ਨਹੀਂ ਤਾਂ ਸਾਰੀਆਂ ਇੱਦਾਂ ਹੀ ਖਰਾਬ ਹੋਰ ਹੋ ਜਾਣੀਆਂ ਜਾਂ ਕੁਆੜ ਕੂੜ 'ਚ ਦੇ ਦੇਣੀਆਂ। ਇਸ ਕਰਕੇ ਮੈਂ ਫਿਰ ਇਹ ਚੀਜ਼ਾਂ ਤੋੜਨ ਨਹੀਂ ਦਿੱਤੀਆਂ ਅਤੇ ਇਹ ਮੈਂ ਚੀਜ਼ਾਂ ਜਿਹੜੀਆਂ ਆਪਣੇ ਕੋਲ ਲੈ ਆਏ ਹਾਂ ਅਤੇ ਅੱਜ ਮੇਰੇ ਕੋਲ ਦੇਖੋ ਸਾਂਭੀਆਂ ਪਈਆਂ। ਜੇ ਕਿਸੇ ਦੇ ਕੋਲ ਹੁੰਦੀਆਂ ਸ਼ਾਇਦ ਕੁਆੜ 'ਚ ਅੱਜ ਨੂੰ ਕਾਦੀਆਂ ਖਤਮ ਹੋਈਆਂ ਹੋਣੀਆਂ ਸੀ, ਟੁੱਟ ਭੱਜ ਇਹਨਾਂ ਦੀ ਹੋਈ ਹੋਣੀ। ਇਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਾਂਗਾ, ਇੱਧਰ ਵੱਡੇ ਟਾਈਮ ਪੀਸ ਲੱਗੇ ਹੋ ਆ, ਉਹ ਇੱਥੋਂ ਤੁਹਾਨੂੰ ਨਜ਼ਰ ਵੀ ਆਉਂਦੇ ਹੋਣਗੇ। ਉਹ ਦੇਖੋ ਉਹ ਸਾਰੇ ਘੱਟੋ ਘੱਟ ਵੀ 150-200 ਸਾਲ ਪੁਰਾਣੇ ਓਲਡ ਕਲੋਕ ਆ ਔਰ ਵਰਕਿੰਗ ਆ, ਚੱਲਦੇ ਆ। ਮੈਂ ਸਾਰੇ ਠੀਕ ਕੀਤੇ ਹੋ ਆ ਔਰ ਚਲਾ ਕੇ ਰੱਖੇ ਹੋ ਆ ਜੀ। ਹਾਂਜੀ ਸਰ, ਇਹ ਤੁਹਾਡੇ ਹੱਥ ਦੇ ਵਿੱਚ ਜੋ ਕੱਚ ਦੀਆਂ ਬੋਤਲਾਂ ਦੇਖਣ ਨੂੰ ਮਿਲਦੀਆਂ ਜੀ, ਕੱਚ ਦੀਆਂ, ਇਹ ਇਹਨਾਂ ਬਾਰੇ ਦੱਸੋ ਕਿ ਕਿਸ ਚੀਜ਼ ਲਈ ਯੂਜ਼ ਕੀਤੀਆਂ ਜਾਂਦੀਆਂ ਸੀ, ਕਿੰਨੀਆਂ ਪੁਰਾਣੀਆਂ? ਇਹ ਬੋਤਲਾਂ ਪਹਿਲੀਆਂ ਪਹਿਲੇ ਸਮੇਂ ਦੀਆਂ, ਇਹਨੂੰ ਬੇਬੀ ਦੁੱਧ ਵਾਲੀ ਬੋਤਲ ਕਹਿੰਦੇ ਆ ਜੀ। ਇਹ ਬੱਚੇ ਜਿਹੜੇ ਛੋਟੇ ਛੋਟੇ ਹੁੰਦੇ ਸੀ ਨਾ, ਉਹ ਇਹ 'ਚ ਦੁੱਧ ਪੀਂਦੇ ਸੀ। ਔਰ ਖਾਸ ਤੌਰ 'ਤੇ ਇਸ ਬੋਤਲ ਦੀ ਖਾਸੀਅਤ ਇਹ ਆ, ਬੱਚਿਆਂ ਦੇ ਢਿੱਡ ਦੇ ਵਿੱਚ ਫਾਰਾ ਨਹੀਂ ਸੀ ਕਦੀ ਵੀ ਪੈਂਦਾ, ਜਿਹੜਾ ਇਸ ਬੋਤਲ ਨਾਲ ਬੱਚਾ ਜਿਹੜਾ ਵੀ ਦੁੱਧ ਪੀਂਦਾ ਸੀ। ਇਹ ਦੋ ਬੋਤਲਾਂ ਮੇਰੇ ਕੋਲ ਆ, ਇੱਕ ਛੋਟੇ ਬੱਚਿਆਂ ਵਾਸਤੇ, ਇੱਕ ਥੋੜ੍ਹੇ ਜਿਹੜੇ ਵੱਡੇ ਆ ਉਹਨਾਂ ਵਾਸਤੇ ਆ। ਇਹਨੂੰ ਡਬਲ ਨਿੱਪਲ ਲੱਗਦੀ ਆ, ਜਿਸ ਹਿਸਾਬ ਨਾਲ ਬੱਚਾ ਇਹਦੇ 'ਚੋਂ ਦੁੱਧ ਪੀਂਦਾ ਸੀ ਨਾ, ਉਹਦੇ ਕਦੀ ਵੀ ਪ੍ਰੋਬਲਮ ਨਹੀਂ ਸੀ ਸਰੀਰ ਦੇ ਵਿੱਚ ਆ ਸਕਦੀ। ਇਹ ਬੋਤਲਾਂ ਦੀ ਇਹ ਖਾਸੀਅਤ ਹੈ, ਇਸ ਕਰਕੇ ਇਹ ਬੋਤਲਾਂ ਹੁਣ ਅਵੇਲੇਬਲ ਨਹੀਂ ਹੁੰਦੀਆਂ। ਇਹ ਪੁਰਾਣੀਆਂ ਓਲਡ ਬੋਤਲਾਂ, ਸਾਡੇ ਸਮੇਂ ਦੀਆਂ ਬੋਤਲਾਂ ਹੋਰ ਵੀ ਸੀਗੀਆਂ ਬਣੀਆਂ ਕਈ ਤਰ੍ਹਾਂ ਦੀਆਂ, ਪਰ ਉਹ ਮੈਨੂੰ ਹਾਲੇ ਤਾਈਂ ਅਵੇਲੇਬਲ ਨਹੀਂ ਹੋਈਆਂ। ਜਿਸ ਦਿਨ ਹੋਈਆਂ ਮੈਂ ਉਸ ਦਿਨ ਸਾਂਝੇ ਮੁੱਦੇ ਨਾਲ ਜੁੜ ਕੇ ਉਹ ਵੀ ਮੈਂ ਤੁਹਾਨੂੰ ਵਿਖਾਊਂਗਾ ਜ਼ਰੂਰ। ਸਰ ਇਹਨਾਂ ਬਾਰੇ ਥੋੜ੍ਹਾ ਜਿਹਾ ਪਲੀਜ਼ ਸਾਨੂੰ ਦੱਸੋ ਕਿ ਇਹ ਕੀ ਨੇ ਔਰ ਕਦੇ ਲਈ ਯੂਜ਼ ਹੁੰਦੇ ਸੀ? ਇਹ ਜਦੋਂ ਪਹਿਲਾਂ ਵੇਲਿਆਂ ਦੇ ਵਿੱਚ ਵਿਆਹ ਹੁੰਦੇ ਸੀ ਨਾ ਜੀ, ਇਹ ਜਿੱਦਾਂ ਆਪਾਂ ਜੀਜਾ ਜੀ ਕਹਿ ਦਿੰਦੇ, ਉਹ ਗੇਟ ਦੇ ਉੱਤੇ ਲੈ ਕੇ ਖੜ੍ਹੇ ਹੁੰਦੇ ਸੀ, ਜਿਹੜੇ ਇਹਨਾਂ ਨੂੰ ਇੱਦਾਂ ਇੱਦਾਂ ਕਰਕੇ ਛਿੜਕਾਉਂਦੇ ਹੁੰਦੇ ਸੀ, ਜਿਹੜੀ ਆਪਣੇ ਆਏ ਉਹਨਾਂ ਦਾ ਸਵਾਗਤ ਕਰਨਾ ਬਰਾਤ ਦਾ। ਇਹ ਦੋ ਪਾਸੇ ਇੱਦਾਂ ਗੇਟ ਦੇ ਉੱਤੇ ਹੁੰਦੇ ਸੀ, ਇਹ ਦੋਨੀ ਪਾਸਿਓਂ ਇੱਦਾਂ ਇੱਦਾਂ ਕਰਕੇ ਤਾਂ ਛਿੜਕਾਇਆ ਜਾਂਦਾ ਸੀ। ਇਹਦੇ ਵਿੱਚ ਪਰਫਿਊਮ ਹੁੰਦਾ ਸੀ, ਇਹਦੇ ਹਾਥੀ ਦੇ ਬਣੇ ਹੋਆ ਮੂੰਹ, ਇਹਨਾਂ ਵਿੱਚ ਦੀ ਉੱਪਰ ਦੀ ਛੇਕ ਹੋਇਆ ਵਾ, ਉੱਪਰ ਦੀ ਇੱਦਾਂ ਇੱਦਾਂ ਕਰਕੇ ਜਦੋਂ ਛਿੜਕਾਉਂਦੇ ਸੀ ਤਾਂ ਇਹ ਉਹਨਾਂ ਦਾ ਸਵਾਗਤ ਕਰਨ ਵਾਸਤੇ ਇਹ ਜਿਹੜੇ ਆ ਇਹ ਬਣੇ ਹੁੰਦੇ ਸੀ ਬੋਤਲਾਂ। ਇਹ ਪੁਰਾਣੀਆਂ 150-200 ਸਾਲ ਪੁਰਾਣੀਆਂ ਬੋਤਲਾਂ। ਹਾਂਜੀ, ਹਰਮੋਨੀਅਮ ਜੀ ਦੇਖਣ ਨੂੰ ਮਿਲ ਰਹੇ ਨੇ, ਇਹ ਕਿੰਨੇ ਕੁ ਸਾਲ ਪੁਰਾਣੇ ਨੇ? ਇਹ ਮੇਡ ਇਨ ਜਰਮਨੀ ਦੇ ਹਰਮੋਨੀਅਮ ਆ ਜੀ, ਇਹ 'ਚ ਜਰਮਨ ਦੀਆਂ ਸੁਰਾਂ ਲੱਗੀਆਂ, ਇਹ ਪੁਰਾਣੇ ਹਰਮੋਨੀਅਮ ਆ। ਇਸ ਹਰਮੋਨੀਅਮ ਦਾ ਅਤੇ ਜਿਹੜੇ ਅੱਜ ਦੇ ਹਰਮੋਨੀਅਮ ਆ, ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਇਹ ਹਰਮੋਨੀਅਮ ਇੰਨੇ ਵਧੀਆ ਵੱਜਦੇ ਆ ਵੀ ਮੈਂ ਦੱਸ ਹੀ ਨਹੀਂ ਸਕਦਾ। ਜਰਮਨ ਦੇ ਵਾਜੇ ਲੋਕ ਲੱਜਦੇ ਆ ਪਰ ਮਿਲਦੇ ਨਹੀਂ ਆ। ਇਹ ਸੁਖਦੀਪ ਸਿੰਘ ਕੋਲ 6-7 ਵਾਜੇ ਪਏ ਆ ਜਿਹੜੇ ਜਰਮਨ ਦੇ ਪੁਰਾਣੇ ਆ, ਔਰ ਇਹ 150 ਸਾਲ ਪੁਰਾਣੇ ਵਾਜੇ ਆ ਪੁਰਾਣੇ। ਇਹ ਕੋਈ ਅਫਰੀਕਾ ਦਾ ਬਣਿਆ, ਕੋਈ ਇੰਗਲੈਂਡ ਦਾ ਬਣਿਆ, ਕੋਈ ਬ੍ਰਿਟਿਸ਼ ਦਾ ਬਣਿਆ ਵਾ, ਇਸ ਤਰ੍ਹਾਂ ਦੇ ਵਾਜੇ ਆ ਜਿਹੜੇ ਇਹ ਅੱਜ ਮੈਂ ਮਿਸਤਰੀਆਂ ਨੂੰ ਦਿਖਾਉਂਦਾ ਅਤੇ ਉਹ ਉਹਨਾਂ ਦੇ ਹੱਥ ਖੜ੍ਹੇ ਹੁੰਦੇ, ਕਹਿੰਦੇ ਜੀ ਸਾਡੇ ਤੋਂ ਇਹੋ ਜਿਹੀ ਚੀਜ਼ ਨਹੀਂ ਦੁਬਾਰਾ ਤਿਆਰ ਹੋਣੀ ਜਿਹੋ ਜਿਹੇ ਵਾਜੇ ਇਹ ਬਣੇ ਹੋ। ਸੋ ਮੈਂ ਇਹੀ ਤੁਹਾਨੂੰ ਦੱਸਣਾ ਵੀ ਇਹ ਵਾਜੇ ਬਹੁਤ ਪੁਰਾਣੇ ਆ, ਬਜ਼ੁਰਗਾਂ ਦੀਆਂ ਖਰੀਦ ਆ ਅਤੇ ਸਾਰੇ ਰੱਖੇ ਹੋਏ ਜੀ ਸੰਭਾਲ ਕੇ। ਹਾਂਜੀ, ਮਿਊਜ਼ੀਅਮ ਦੀ ਸਾਹਮਣੇ ਦੀਵਾਰ 'ਤੇ ਸਰੰਗੀ ਟੰਗੀ ਹੋਈ ਨਜ਼ਰ ਆ ਰਹੀ ਹੈ ਜੀ, ਸਾਨੂੰ ਇਹਦੇ ਬਾਰੇ ਦੱਸੋ ਕਿ ਸਰੰਗੀ ਕਿੰਨੇ ਕੁ ਸਾਲ ਪੁਰਾਣੀ ਆ? ਇਹ ਬਜ਼ੁਰਗਾਂ ਦੀ ਸਰੰਗੀ ਹੈ ਜੀ, ਬਜ਼ੁਰਗਾਂ ਨੂੰ ਸ਼ੌਂਕ ਹੁੰਦਾ ਸੀ, ਸਾਡੇ ਸਾਰੇ ਸਾਜ਼ ਹੁੰਦੇ ਸੀ ਪੁਰਾਣੇ, ਢੋਲਕੀ, ਤਬਲਾ, ਵਾਜੇ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ। ਇਹ ਸਰੰਗੀ ਵੀ ਸੀਗੀ ਜੀ ਘਰ ਦੇ ਵਿੱਚ, ਇਹ ਬਜ਼ੁਰਗਾਂ ਨੂੰ ਸ਼ੌਂਕ ਸੀ, ਉਹ ਵਜਾਉਂਦੇ ਹੁੰਦੇ ਸੀ। ਇਹ ਸਰੰਗੀ ਘੱਟੋ ਘੱਟ ਜੀ 200 ਸਾਲ ਪੁਰਾਣੀ ਆ, 200 ਈਅਰ। ਇਹਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਦੀ ਫੋਟੋ ਲੱਗੀ ਹੋਆ, ਉਹ ਵੀ ਉਸ ਟਾਈਮ ਦੀ ਲੱਗੀ ਆ, ਦੇਖ ਲਓ ਅੱਜ ਤਾਂ ਖਰਾਬ ਨਹੀਂ ਹੋਈ ਔਰ ਬੜੇ ਹਿਸਾਬ ਨਾਲ ਲਾਈ ਗਈ ਆ। ਇਹ ਸਰੰਗੀ ਕਿਸੇ ਵੀ ਢੱਡ ਸਾਨਗੀ ਤੋਂ ਨਹੀਂ ਮਿਲਣੀ, ਨਾ ਹੀ ਰੇਲਵੇ ਰੋਡ ਤੋਂ ਅਵੇਲੇਬਲ ਹੋਣੀ। ਮੈਂ ਜਿਹਨੂੰ ਵੀ ਦਿਖਾਈ ਉਹਨਾਂ ਦੇ ਹੋਸ਼ ਹੀ ਗਾਇਬ ਹੁੰਦੇ ਗਏ ਵੀ ਭਾਜੀ ਇੰਨੀ ਪੁਰਾਣੀ ਸਰੰਗੀ ਤੁਸੀਂ ਕਿੱਦਾਂ ਸਾਂਭ ਕੇ ਰੱਖੀ ਆ ਔਰ ਦੱਸੋ ਕਿੰਨੇ ਪੈਸੇ? ਮੈਂ ਕਿਹਾ ਨੋ, ਇਹ ਸੇਲ ਵਾਸਤੇ ਨਹੀਂ ਆ, ਇਹ ਮੈਂ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ
ਸਾਂਭ ਕੇ ਰੱਖੀ ਆ, ਮੈਂ ਸੇਲ ਨਹੀਂ ਕਰਦਾ ਕੁਛ ਵੀ। ਬੜੇ ਬੰਦੇ ਆਉਂਦੇ ਸਮਾਨ ਵੇਖਣ ਵੀ ਭਾਅ ਜੀ ਸਾਨੂੰ ਆਹ ਦੇ ਦਿਓ, ਉਹ ਦੇ ਦਿਓ। ਮੈਂ ਕਿਹਾ ਜੀ ਸੇਲ ਵਾਸਤੇ ਕੁਛ ਨਹੀਂ, ਦੇਖਣ ਵਾਸਤੇ ਇਹ ਮੈਂ ਸਿਰਫ ਕੀਤਾ ਉਪਰਾਲਾ, ਔਰ ਇਹ ਜਿਹੜਾ ਮਰਜ਼ੀ ਆ ਕੇ ਦੇਖ ਸਕਦਾ, ਕਿਸੇ ਨੂੰ ਨਾ ਨਹੀਂ ਆ, ਕਿਸੇ ਨੂੰ ਕੁਛ ਨਹੀਂ ਆ। ਹਾਂਜੀ ਸਰ, ਲੈਂਪਾਂ ਦੇ ਬਾਰੇ ਪਲੀਜ਼ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਲੈਂਪ ਕਿੰਨੇ ਕੁ ਸਾਲ ਪੁਰਾਣੇ ਨੇ? ਇਹ ਜਿਹੜੇ ਲੈਂਪ ਆ ਜੀ, ਇਹ ਬਹੁਤ ਪੁਰਾਣੇ ਆ। ਇਹ ਪਹਾੜੀ ਏਰੀਏ 'ਚ ਜਿਹੜੀਆਂ ਗੱਡੀਆਂ ਹਿਮਾਚਲ ਵੱਲ ਛੋਟੀ ਛੋਟੀਆਂ ਰੇਲਵੇ ਦੀਆਂ ਚੱਲਦੀਆਂ ਨਾ, ਇਹ ਆਪਾਂ ਇਹ ਸਮਝ ਸਕਦੇ ਹਾਂ ਵੀ ਇਹ ਹੈਂਡਲ ਵਾਲੇ ਲੈਂਪ ਆ। ਇਹ ਬਹੁਤ ਓਲਡ ਲੈਂਪ ਆ, ਇਹਨਾਂ ਦੇ ਵਿੱਚ ਤੇਲ ਪਾ ਕੇ ਤਾਂ ਜਿਹੜੇ ਛੋਟੇ ਦੀਵੇ ਆ ਇਹਨਾਂ ਨੂੰ ਅੱਗ ਲਾ ਦਿਓ, ਅਤੇ ਇਹਦੇ ਆ ਸ਼ੀਸ਼ੇ ਜਿਹੜੇ ਤੁਹਾਨੂੰ ਦੇਖਣ ਨੂੰ ਨਜ਼ਰ ਆਉਂਦੇ ਸਾਈਡਾਂ ਤੋਂ, ਇਹ ਸ਼ੀਸ਼ਿਆਂ ਵੇ ਦੀ ਇੰਨੀ ਵਧੀਆ ਰੌਸ਼ਨੀ ਲੱਗਦੀ ਆ ਵੀ ਆਪਾਂ ਬਹੁਤ ਮਨ ਖੁਸ਼ ਹੋਊਗਾ ਦੇਖ ਕੇ ਵੀ ਇਹਦੇ ਵੱਲ ਵੀ ਇਹ ਬਹੁਤ ਵਧੀਆ ਲੈਂਪ ਆ। ਇਹ ਦੋ ਲੈਂਪ ਆ ਜੀ, ਆਹ ਦੇਖੋ ਮੇਰੇ ਕੋਲ, ਤਾਂ ਦੋ ਇਹਦੇ ਨਾਲ ਦੇ ਹੋਰ ਹੱਲੇ ਕਿਸੇ ਬੰਦੇ ਕੋਲ ਪਏ ਆ, ਉਹਨਾਂ ਦੇ ਕਲਰਫੁੱਲ ਸ਼ੀਸ਼ੇ ਆ, ਉਹ ਵੀ ਮੈਂ ਲੈ ਕੇ ਆਉਣੇ ਆ ਜੀ। ਉਹ ਹੱਲੇ ਬੰਦਾ ਮੰਨ ਨਹੀਂ ਰਿਹਾ, ਜਿੱਦਣ ਮੰਨ ਗਿਆ ਮੈਂ ਉਹ ਵੀ ਲੈ ਆਉਣੇ ਆ। ਅਤੇ ਇਹ ਜਿਹੜੇ ਲੈਂਪ ਆ ਇਹ ਬਹੁਤ ਵਧੀਆ ਜੀ, ਇਹ 100 ਸਾਲ ਤੋਂ ਉੱਪਰ ਪੁਰਾਣੇ ਆ। ਹਾਂਜੀ ਸਰ, ਇਹ ਲੱਕੜ ਦਾ ਕਲੋਕ ਤੁਹਾਡੇ ਹੱਥ 'ਚ ਜੀ, ਇਹ ਕਿੰਨੇ ਕੁ ਸਾਲ ਪੁਰਾਣਾ ਹੈ? ਇੱਕ ਤਾਂ ਪੈਂਡਲਮ ਵਾਲੇ ਵੱਡੀ ਬੋਡੀ ਵਾਲੇ ਕਲੋਕ ਹੁੰਦੇ ਸੀ, ਇਹ ਗੋਲ ਬੋਡੀ ਦਾ ਕਲੋਕ ਆ ਜੀ। ਇਹ ਜਦੋਂ ਪੁਰਾਣੇ ਅੰਗਰੇਜ਼ਾਂ ਦੇ ਬਾਰੇ ਜਦੋਂ ਜੱਜਾਂ ਦੀਆਂ ਅਦਾਲਤਾਂ ਲੱਗਦੀਆਂ ਸੀ, ਇਹ ਅਦਾਲਤਾਂ ਦੇ ਵਿੱਚ ਪਿੱਛੇ ਪਏ ਹੁੰਦੇ ਸੀ, ਉਹਨਾਂ ਦੇ ਲੱਗੇ ਹੁੰਦੇ ਸੀ ਕੰਧਾਂ ਦੇ ਉੱਤੇ ਕਲੋਕ, ਜਿੱਥੇ ਜੱਜ ਸਾਹਿਬ ਦੀ ਕੁਰਸੀ ਹੁੰਦੀ ਸੀ ਨਾ ਉਹਦੇ ਪਿੱਛੇ ਲੱਗੇ ਹੁੰਦੇ ਸੀ। ਇਹਨੂੰ ਸਵਿਫਟ ਵਾਚਕੋ ਕੰਪਨੀ ਦੇ ਕਲੋਕ ਆ ਇਹ ਬਾਹਰਲੇ, ਇਹ ਬਹੁਤ ਵਧੀਆ। ਇਹਦੇ ਅੰਦਰ ਹੀ ਪੈਂਡਲਮ ਚੱਲਦਾ, ਇਹਦੇ ਅੰਦਰ ਹੀ ਆ ਸਾਰਾ ਕੁਝ ਜੋ ਵੀ ਹੈਗਾ ਜੀ। ਉਹਨਾਂ ਦਾ ਤਾਂ ਪੈਂਡਲਮ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਲੋਕ ਦੱਸੇ, ਉਹਨਾਂ ਦਾ ਪੈਂਡਲਮ ਤਾਂ ਥੱਲੇ ਚੱਲਦਾ ਨਜ਼ਰ ਆਉਂਦਾ ਨਾ, ਇਹਦਾ ਪੈਂਡਲਮ ਅੰਡਰ ਅੰਦਰ ਹੀ ਚੱਲਦਾ ਜੀ। ਇਹ ਵੀ ਬਹੁਤ ਵਧੀਆ ਕਲੋਕ ਆ, ਇਹ ਵੀ ਹੁਣ ਨਜ਼ਰ ਨਹੀਂ ਆਉਂਦੇ, ਕਲੋਕ ਖਤਮ ਹੋ ਚੁੱਕੇ ਆ। ਸਰ, ਇੱਕ ਆ ਵਾਜਾ ਦੇਖਣ ਨੂੰ ਮਿਲ ਰਿਹਾ ਜੀ, ਇਹ ਕਿੰਨੇ ਕੁ ਸਾਲ ਪੁਰਾਣਾ ਅਤੇ ਕੀ ਕੰਮ ਕਰਦਾ, ਮਤਲਬ ਕੀ ਵਰਕਿੰਗ? ਇਹ ਪੁਰਾਣਾ ਗਰਾਮਾ ਫੋਨ ਇਹਨੂੰ ਕਹਿੰਦੇ ਜੀ, ਹੋਰਨ ਵਾਲਾ ਵਾਜਾ। ਇਹ ਪੁਰਾਣਾ ਹੋਰਨ ਵਾਲਾ ਵਾਜਾ, ਇਹ ਸਵਿਟਜ਼ਰਲੈਂਡ ਦਾ ਵਾਜਾ ਬਣਿਆ ਵਾ। ਇਹ ਉਹਨਾਂ ਦੀ ਟੈਕਨੋਲੋਜੀ ਆ ਪਹਿਲੀ, ਇਹ ਉਸ ਵੇਲਿਆਂ ਦੀ ਆ ਜਦੋਂ ਲਾਈਟ ਨਹੀਂ ਸੀ ਹੁੰਦੀ, ਅਤੇ ਇਹ ਘਰ ਘਰ ਵੱਜਦਾ ਹੁੰਦਾ ਸੀ। ਪੱਥਰ ਦੇ 'ਤੇ ਰਿਕਾਰਡ ਚੱਲਦੇ ਹੁੰਦੇ ਸੀ, ਪੱਥਰਾਂ ਦੇ ਵਿੱਚ ਗਾਣੇ ਵੀ ਦੇ ਲਓ, ਅੰਗਰੇਜ਼ਾਂ ਨੇ ਪਾਤੇ, ਉਹਨਾਂ ਦਾ ਕਿੰਨਾ ਮਾਇੰਡ ਹੋਊਗਾ। ਸਾਡੇ ਬੰਦੇ ਉੱਥੇ ਤਾਂ ਸੋਚ ਵੀ ਨਹੀਂ ਸਕਦੇ, ਪਹੁੰਚ ਵੀ ਨਹੀਂ ਸਕਦੇ ਜਿੱਥੋਂ ਤਾਈਂ ਉਹ ਬੈਠੇ ਆ ਬੰਦੇ। ਉਹਨਾਂ ਨੇ ਇਹ ਵਾਜਾ ਬਣਾਇਆ, ਉਦੋਂ ਬਾਅਦ ਪੱਥਰ 'ਚ ਗਾਣੇ ਫਿੱਟ ਕੀਤੇ, ਗਾਣੇ ਫਿੱਟ ਕਰਕੇ ਲੋਹੇ ਦੀ ਸੂਈ ਨਾਲ ਚੱਲਦਾ। ਇਹ ਘੱਟੋ ਘੱਟ ਵੀ 125 ਸਾਲ ਪੁਰਾਣਾ ਗਰਾਮਾ ਫੋਨ ਆ, ਇਹ ਕਿਤੇ ਨਹੀਂ ਅਵੇਲੇਬਲ ਹੋਣਾ ਜੀ। ਸਰ, ਇੰਨਾ ਜ਼ਿਆਦਾ ਸਮਾਨ ਤੁਸੀਂ ਇਕੱਠਾ ਕਰਕੇ ਰੱਖਿਆ ਬਹੁਤ ਪੁਰਾਣਾ, ਅਤੇ ਤੁਹਾਨੂੰ ਇਹ ਸਮਾਨ ਇਕੱਠਾ ਕਰਦੇ ਹੋਏ ਕਾਫੀ ਟਾਈਮ ਹੋ ਚੁੱਕਾ, ਅਤੇ ਇਹਨੇ ਵਿੱਚ ਤੁਹਾਡੀ ਫੈਮਿਲੀ ਦੀ ਸਰ ਕੀ ਸਪੋਰਟ ਰਹੀ ਹੈ, ਫੈਮਿਲੀ ਨੇ ਸਪੋਰਟ ਕੀਤਾ ਜਾਂ ਨਹੀਂ? ਸਪੋਰਟ ਇਹ ਸੀਗੀ ਜੀ, ਪਹਿਲਾਂ ਇਹ ਸਮਾਨ ਨਾ ਮੇਰੇ ਘਰ ਦਾ ਹੀ ਬਹੁਤ ਸੀਗਾ, ਕੁਛ ਸਮਾਨ ਮੈਨੂੰ ਮੇਰੇ ਪਿੰਡ ਵਾਸੀਆਂ ਨੇ ਬਹੁਤ ਦਿੱਤਾ, ਅਤੇ ਕੁਛ ਮੇਰੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੇ ਮੈਨੂੰ ਸਮਾਨ ਦਿੱਤਾ ਵੀ ਜਿੱਥੇ ਜਿੱਥੇ ਮੇਰੇ ਤਾਇਆਂ ਚਾਚਿਆਂ ਕੋਲ ਸਾਰਿਆਂ ਕੋਲ ਪਿਆ ਸੀ। ਉਹਨਾਂ ਨੇ ਜਦੋਂ ਆਣ ਕੇ ਮਿਊਜ਼ੀਅਮ ਦੇਖਿਆ, ਉਹਨਾਂ ਨੇ ਕਿਹਾ ਵੀ ਬਹੁਤ ਚੀਜ਼ਾਂ ਸਾਂਭੀਆਂ ਵੀ ਸਾਡੀ ਜਿਹੜੀ ਵਿਰਾਸਤ ਆ ਉਹ ਅਸੀਂ ਧੰਨਵਾਲੀ ਪਿੰਡ ਨੂੰ ਉੱਥੇ ਆਪਣੇ ਜੱਦੀ ਘਰ ਦੇ ਵਿੱਚ ਰੱਖਿਆ ਜਾਵੇ ਸਮਾਨ, ਅਤੇ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਸਾਰਿਆਂ ਨੇ। ਮੈਂ ਇੱਥੇ ਸਾਰਾ ਸਮਾਨ ਜਿਹੜਾ ਉਹਨਾਂ ਦੀਆਂ ਨਿਸ਼ਾਨੀਆਂ ਹੈ ਤਾਂ ਮੇਰੇ ਦਾਦੇ ਦੀਆਂ ਨਿਸ਼ਾਨੀਆਂ ਸਾਰੇ ਮੇਰੇ ਤਾਇਆਂ ਚਾਚਿਆਂ ਕੋਲ, ਪਰ ਉਹ ਮੈਂ ਸਾਰੀਆਂ ਫਿਰ ਇੱਥੇ ਲੈ ਆਇਆ ਸੀ। ਹਾਂਜੀ ਸਰ, ਅਜੋਕੇ ਟਾਈਮ 'ਚ ਦੇਖਿਆ ਜਾਂਦਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦੇ ਲਈ ਲੋਕ ਇੰਨੇ ਜ਼ਿਆਦਾ ਅਵੇਅਰ ਨਹੀਂ ਆ, ਜਾਂ ਕੋਈ ਵੀ ਸੰਭਾਲ ਕੇ ਰੱਖਣਾ ਨਹੀਂ ਚਾਹੁੰਦਾ, ਜਾਂ ਆਪਣੇ ਆਪਣੇ ਰੁਝੇਵਿਆਂ 'ਚ ਫਸ ਚੁੱਕੇ ਨੇ ਕਿ ਉਹ ਪੰਜਾਬੀ ਵਿਰਾਸਤ ਵੱਲ ਧਿਆਨ ਨਹੀਂ ਦੇ ਪਾ ਰਹੇ, ਅਤੇ ਪੰਜਾਬੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਤੁਹਾਡੇ ਜ਼ਿਹਨ ਵਿੱਚ ਕਿੱਦਾਂ ਆਇਆ, ਕਿਵੇਂ ਤੁਹਾਡੇ ਦਿਮਾਗ 'ਚ ਆਇਆ ਕਿ ਮੈਂ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ?
ਇਹ ਕੁਛ ਪਰਮਾਤਮਾ ਦੀ ਕਿਰਪਾ ਹੀ ਹੁੰਦੀ ਆ, ਜਿਸ ਬੰਦੇ ਦੇ ਉੱਤੇ ਹੁੰਦੀ ਆ ਫਿਰ ਚੰਗੀ ਤਰ੍ਹਾਂ ਹੀ ਹੁੰਦੀ ਆ। ਇਹ ਆਪਣੇ ਤੇ ਮਹਾਰਾਜ ਦੀ ਕਿਰਪਾ ਬਹੁਤ ਆ, ਜਿਸ ਜਿਸ ਕੰਮ ਨੂੰ ਵੀ ਹੱਥ ਅੱਜ ਤਾਈਂ ਪਾਇਆ ਬਹੁਤ ਵਧੀਆ ਢੰਗ ਨਾਲ ਹੋਇਆ। ਔਰ ਮੈਨੂੰ ਬਚਪਨ ਤੋਂ ਹੀ ਪਰਮਾਤਮਾ ਵੱਲੋਂ ਲਗਨ ਆ ਇਸ ਚੀਜ਼ ਨਾਲ, ਮੇਰਾ ਬਹੁਤ ਇਹਨਾਂ ਚੀਜ਼ਾਂ ਨਾਲ ਪਿਆਰ ਆ। ਕਿਉਂਕਿ ਪਹਿਲਾਂ ਪ੍ਰੇਮ ਬਹੁਤ ਹੁੰਦਾ ਸੀ ਪੁਰਾਣੇ ਬਜ਼ੁਰਗਾਂ ਦਾ, ਘਰਾਂ 'ਚ ਇਤਫਾਕ ਬਹੁਤ ਹੁੰਦਾ ਸੀ, ਇੱਕ ਦੂਸਰੇ ਨਾਲ ਬਹੁਤ ਪਿਆਰ ਹੁੰਦਾ ਸੀ। ਹੁਣ ਇਹ ਚੀਜ਼ਾਂ ਜਿਹੜੀਆਂ ਖਤਮ ਹੋਈ ਜਾਂਦੀਆਂ, ਇਸ ਕਰਕੇ ਜਦੋਂ ਇਸ ਜਗ੍ਹਾ ਦੇ ਉੱਤੇ ਬੰਦਾ ਆਉਂਦਾ, ਜਦੋਂ ਪੁਰਾਣੀਆਂ ਚੀਜ਼ਾਂ ਨੂੰ ਦੇਖਦਾ ਜਾਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ, ਫਿਰ ਬੰਦੇ ਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ, ਕਹਿੰਦਾ ਯਾਰ ਮੈਂ ਇੱਥੇ ਹੀ ਰਹਾਂ। ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਦੇਖਣ ਨੂੰ, ਇਸ ਕਰਕੇ ਮੇਰਾ ਇਹਨਾਂ ਚੀਜ਼ਾਂ ਨਾਲ ਬਹੁਤ ਪਿਆਰ ਆ ਔਰ ਰਹੂਗਾ ਵੀ ਹਮੇਸ਼ਾ। ਮੈਂ ਬਹੁਤ ਪਿਆਰ ਕਰਦਾ ਇਹਨਾਂ ਚੀਜ਼ਾਂ ਨੂੰ। ਅਤੇ ਸਰ ਕਿੰਨੀ ਕੁ ਉਮਰ ਰਹੀ ਤੁਹਾਡੀ ਉਸ ਟਾਈਮ 'ਤੇ ਜਦੋਂ ਤੁਸੀਂ ਆਪਣੇ ਵਿਰਾਸਤ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ? ਮੈਨੂੰ 27 ਸਾਲ ਤੋਂ ਉੱਪਰ ਹੋ ਗਏ ਜੀ ਕਲੈਕਸ਼ਨ ਕਰਦੇ ਨੂੰ ਸਮਾਨ, ਜਿਹੜਾ ਜਿੱਥੋਂ ਜਿੱਥੋਂ ਵੀ ਪਤਾ ਲੱਗਦਾ ਫਿਰ ਮੈਂ ਲੈ ਕੇ ਆਉਂਦਾ ਇਹ ਸਮਾਨ ਸਾਰਾ। ਅਤੇ ਕੋਈ ਮੈਨੂੰ ਖਰਾਬ ਵੀ ਮਿਲਦਾ ਵਿੱਚ, ਉਹਨੂੰ ਫਿਰ ਮੈਂ ਠੀਕ ਕਰਦਾ ਕਿਸੇ ਵੀ ਤਰ੍ਹਾਂ। ਕੋਸ਼ਿਸ਼ ਤਾਂ ਮੇਰੀ ਇਹੀ ਹੁੰਦੀ ਆ ਵੀ ਇਹਨੂੰ ਕਿਸੇ ਤਰ੍ਹਾਂ ਐਨ ਵਧੀਆ ਢੰਗ ਨਾਲ ਚਲਾਇਆ ਜਾਵੇ, ਬਸ ਇਹ ਮੇਰੀ ਕੋਸ਼ਿਸ਼ ਆ ਜੀ। ਅਤੇ ਸਰ ਤੁਹਾਡੀ ਕਿੰਨੀ ਕੁ ਉਮਰ ਸੀ ਉਸ ਟਾਈਮ 'ਤੇ ਜਦੋਂ ਤੋਂ ਤੁਸੀਂ ਸਮਾਨ ਜਿਹੜਾ ਸੰਭਾਲਣਾ ਸ਼ੁਰੂ ਕੀਤਾ? ਮੈਂ ਉਦੋਂ 17 ਸਾਲ ਦਾ ਸੀਗਾ ਜੀ ਜਦੋਂ ਦਾ ਮੈਂ ਸਮਾਨ ਦੇ ਦੁਆਲੇ ਲੱਗਾ। ਹੁਣ ਮੇਰੀ ਉਮਰ 42-43 ਸਾਲ ਦੀ ਹੋ ਗਈ ਹੈ ਜੀ, ਤਾਂ ਇੰਨੇ ਸਾਲ ਹੋ ਗਏ, ਦੇਖ ਲਓ ਹੁਣ ਤੁਸੀਂ ਕਿੰਨੇ ਸਾਲ ਬਣ ਗਏ ਆ। ਮੈਂ ਇੱਕ ਇੱਕ ਚੀਜ਼ ਬੜੀ ਮਿਹਨਤ ਨਾਲ ਇਕੱਠੀ ਕੀਤੀ ਹੋਆ। ਸਰ ਇਹ ਮਿਊਜ਼ੀਅਮ 'ਚ ਕੀ ਪਿਆ ਹੋਇਆ ਜੀ, ਇਹ ਕੀ ਹੈ? ਇਹ ਪੁਰਾਣਾ ਲੈਂਪ ਆ ਜੀ। ਇਹ ਜਦੋਂ ਨਾ ਇਹ ਲੈਂਪ ਸਾਡੇ ਸਾਹਮਣੇ ਸਾਡੇ ਬਜ਼ੁਰਗ ਧਿਆਨ ਸਿੰਘ ਜੀ ਹੁੰਦੇ ਸੀ, ਸੂਬੇਦਾਰ ਸੀਗੇ, ਇਹ ਉਹਨਾਂ ਦੇ ਘਰ ਸੀਗਾ ਲੱਗਾ। ਮੇਰੇ ਚਾਚੇ ਕਨੇਡਾ ਜਿਹੜੇ ਬੈਠੇ ਉਹ ਫਿਰ ਮੈਨੂੰ ਦੇ ਗਏ ਸੀ। ਇਹਦੇ ਥੱਲੇ ਇੱਕ ਚਿਮਨੀ ਵੀ ਲੱਗੀ ਹੁੰਦੀ ਵੱਡੀ। ਇਹ ਜਦੋਂ ਲੜਕੀਆਂ ਦੇ ਪਹਿਲਾਂ ਵਿਆਹ ਕਰਦੇ ਹੁੰਦੇ ਸੀ ਨਾ, ਇਹਦੇ 2 ਮਿੰਟਾਂ ਨੂੰ ਅੱਗ ਲੱਗਦੀ ਹੁੰਦੀ ਸੀ, ਅਤੇ ਇਹ 200-300 ਵਾਟ ਦਾ ਬੱਲਬ ਵੀ ਫੇਲ ਇਹਦੇ ਮੂਹਰੇ ਆ, ਮਤਲਬ ਕਿ ਇੰਨੀ ਰੌਸ਼ਨੀ ਕਰਦਾ ਸੀ। ਇਹਦੇ ਨਾਲ ਹੀ ਪੂਰਾ ਵਿਆਹ ਘਰ ਦੇ ਵਿੱਚ ਜਦੋਂ ਹੁੰਦਾ ਸੀ ਤਾਂ ਪੂਰਾ ਵਿਆਹ ਇਹਦੇ ਨਾਲ ਹੀ ਕੰਪਲੀਟ ਹੋ ਜਾਂਦਾ ਹੁੰਦਾ ਸੀ। ਹਾਂਜੀ, ਇਹ ਉਹ ਵਾਲਾ ਲੈਂਪ ਆ ਜਿਹੜਾ ਕਿ ਤੁਹਾਨੂੰ ਮੈਂ ਦਿਖਾ ਰਿਹਾ, ਔਰ ਇਹ ਮਿਲਣਾ ਹੀ ਨਹੀਂ ਕਿਸੇ ਕੋਲੋਂ, ਨਾ ਕਿਸੇ ਕੋਲ ਅੱਜ ਦੀ ਡੇਟ 'ਚ ਹੈਗਾ, ਨਾ ਕਿਸੇ ਨੇ ਸਾਂਭਿਆ, ਨਾ ਕਿਤੇ ਉਹ ਮਿਲਣਾ। ਪਰ ਇਹ ਆਪਾਂ ਵਿਰਾਸਤ ਜਿਹੜੀ ਆ ਸਾਰੀ ਸਾਂਭੀ ਹੋਆ। ਹਾਂਜੀ, ਅਤੇ ਕਿੰਨੇ ਕੁ ਸਾਲ ਪੁਰਾਣਾ ਸਰ ਲੈਂਪ ਹੈ ਜੀ? ਇਹ ਲੈਂਪ ਜ਼ਿਆਦਾ ਨਹੀਂ ਜੀ, 200 ਸਾਲ ਤੋਂ ਉੱਪਰ ਲੈਂਪ ਆ ਇਹ ਪੁਰਾਣਾ। ਸਾਂਭਣ ਦਾ ਵੀ ਦੇਖ ਲਓ ਇੰਨੀ ਦੇਰ ਦੀ ਇਹਨੇ ਚੀਜ਼ ਸਾਂਭੀ ਆ, ਬੜਾ ਮਜ਼ਬੂਤੀ ਨਾਲ ਸਾਂਭੀ ਸੀ। ਹੁਣ ਇਸ ਤੋਂ ਬਾਅਦ ਦੇਖ ਲਓ ਕਿੰਨੀਆਂ ਪੀੜ੍ਹੀਆਂ ਚੱਲ ਕੇ ਹੁਣ ਮੇਰੇ ਕੋਲ ਆ ਗਈ ਹੈ, ਮੈਂ ਵੀ ਹੁਣ ਇਹਨੂੰ ਬਹੁਤ ਸਾਂਭਿਆ। ਚੀਨੀ ਮਿੱਟੀ ਦਾ ਲੈਂਪ ਆ, ਨਾਲੇ ਸਭ ਤੋਂ ਵੱਡੀ ਗੱਲ ਇਹ ਆ। ਕੋਲ ਟੇਬਲ ਫੈਨ ਆਈ ਥਿੰਕ ਛੋਟੇ ਪਏ ਨੇ ਜੀ, ਇਹਨਾਂ ਬਾਰੇ ਦੱਸੋ ਇਹ ਕਿੰਨੇ ਕੁ ਪੁਰਾਣੇ ਨੇ, ਬਹੁਤ ਹੀ ਛੋਟੇ ਕਰਦੇ ਨੇ, ਅਤੇ ਕਿੱਦਾਂ ਵਰਕ ਕਰਦੇ ਨੇ ਥੋੜ੍ਹਾ ਦੱਸੋ ਜੀ। ਮੈਂ ਜਲੰਧਰ ਗਿਆ ਸੀ ਜੀ, ਜਲੰਧਰੋਂ ਮੈਂ ਆ ਰਿਹਾ ਸੀ, ਅਤੇ ਇੱਕ ਬਿਜਲੀ ਵਾਲੀ ਦੁਕਾਨ ਆ, ਉੱਥੇ ਅੰਕਲ ਬਹੁਤ ਵਧੀਆ ਬੰਦੇ ਵਿਚਾਰੇ ਬਜ਼ੁਰਗ, ਬਹੁਤ ਵਧੀਆ, ਮੇਰਾ ਪਿਆਰ ਆ ਉਹਨਾਂ ਨਾਲ ਬਹੁਤ। ਉਹਨਾਂ ਦੇ ਕੋਲ ਮੈਂ ਬੈਠਾ ਅਤੇ ਮੇਰੀ ਇੱਕਦਮ ਨਾ ਉਹਨਾਂ ਦੇ ਅੰਦਰ ਨਿਗਾਹ ਪਈ, ਮੈਂ ਕਿਹਾ ਇਹ ਪੱਖੇ ਪਏ 2 ਟੇਬਲ ਫੈਨ, ਮੈਂ ਕਿਹਾ ਅੰਕਲ ਜੀ ਮੈਂ ਲਿਜਾਣੇ ਆ। ਉਹ ਮੈਨੂੰ ਦਿੰਦੇ ਨਹੀਂ ਸੀ, ਪਰ ਉਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ, ਬਹੁਤ ਉਹਨਾਂ ਦਾ ਥੈਂਕਸ ਬੋਲਿਆ। ਉਹਨਾਂ ਨੇ ਮੈਨੂੰ ਆ 2 ਪੱਖੇ ਬੜੇ ਜਿਗਰੇ ਨਾਲ ਦਿੱਤੇ, ਮੈਨੂੰ ਕਹਿੰਦੇ ਲੈ ਜਾ ਬੇਟਾ ਤੂੰ, ਜੇ ਤੈਨੂੰ ਇੰਨਾ ਸ਼ੌਂਕ ਆ ਚੀਜ਼ਾਂ ਦਾ ਅਤੇ ਸਾਡੀ ਵੀ ਕੋਈ ਨਿਸ਼ਾਨੀ ਬਜ਼ੁਰਗਾਂ ਦੀ ਸੰਭਾਲ ਕੇ ਰੱਖ ਲਾ। ਇੱਕ ਪੱਖਾ ਆਹ ਵਾਲਾ ਜਿਹੜਾ ਹੈਗਾ ਇਹ ਇੰਗਲੈਂਡ ਦਾ ਵਾ, ਇਹ ਪੱਖਾ ਜਿਹੜਾ ਹੈਗਾ ਇਟਲੀ ਦਾ। ਇਹ ਪੱਖੇ ਦੋਨੇ ਪਿੱਤਲ ਦੇ ਪਾਰੇ ਆ ਅਤੇ ਪਿੱਤਲ ਦੀਆਂ ਇਹਨਾਂ ਦੀਆਂ ਜਾਲੀਆਂ, ਦੇਖੋ ਕਿੰਨੀ ਵਧੀਆ ਬਣਾਵਟ ਬਣੀ ਆ, ਪਹਿਲੀ ਟੈਕਨੋਲੋਜੀ। ਇਹ ਪੱਖੇ ਅਵੇਲੇਬਲ ਹੀ ਨਹੀਂ ਹੁਣ ਹੋਣੇ ਕਿਤੇ ਵੀ, ਕਿੱਥੋਂ ਇਹ ਮੰਗਾਏ ਆ ਅਤੇ ਕਿੱਥੋਂ ਇਹ ਆਏ ਆ ਅਤੇ ਕਿੱਥੋਂ ਕਿੱਥੇ ਗਏ ਤਾਂ ਕਿੱਥੇ ਕਿ ਮੇਰੇ ਘਰ ਇਹ ਪਹੁੰਚੇ ਦੇਖ ਲਓ। ਇੰਨੇ ਵਧੀਆ ਪੱਖੇ ਉਹਨਾਂ ਨੇ ਵਿਚਾਰਿਆਂ ਨੇ ਦਿੱਤੇ, ਮੈਂ ਉਹਨਾਂ ਦਾ ਸਾਰੀ ਜ਼ਿੰਦਗੀ ਰਹਿਣੀ ਆ ਔਰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ। ਉਹ ਮੋਟਰਾਂ ਬੰਨ੍ਹਦੇ, ਮੋਟਰਾਂ ਦਾ ਕੰਮ ਕਰਦੇ ਬਿਜਲੀ ਦਾ। ਹਾਂਜੀ, ਉਹਨਾਂ ਦਾ ਮੈਂ ਬਹੁਤ ਸਤਿਕਾਰ ਫੁੱਲਿਆ, ਸਰਦਾਰ ਜੀ ਦਾ, ਉਹਨਾਂ ਦੇ ਸਮੂਹ ਪਰਿਵਾਰ ਦਾ। ਸਰ ਸਾਨੂੰ ਇਹ ਵੀ ਕੁਛ ਦੇਖਣ ਨੂੰ ਮਿਲਿਆ, ਇਹ ਕੀ ਹੈ ਜੀ? ਇਹ ਪੁਰਾਣੇ ਨਾ ਮੂੜੇ ਹੁੰਦੇ ਸੀ ਜਦੋਂ ਪਹਿਲੇ ਟਾਈਮਾਂ ਦੇ ਵਿੱਚ ਨਾ ਬੈਠਣ ਵਾਸਤੇ,
ਕਿਸੇ ਦੇ ਕੋਲ ਕੁਛ ਨਹੀਂ ਹੁੰਦਾ ਸੀ ਤਾਂ ਫਿਰ ਆਹ ਮੂਹੜੇ ਯੂਜ਼ ਹੁੰਦੇ ਸੀ, ਫਿਰ ਮੂਹੜਿਆਂ ਦੇ ਉੱਤੇ ਬੰਦੇ ਨੂੰ ਬਿਠਾ ਕੇ ਕੋਈ ਪ੍ਰਸ਼ਾਦਾ ਛਕਾਉਣਾ ਜਾਂ ਕੁਛ ਕਰਨਾ, ਫਿਰ ਇਹਨਾਂ ਮੂਹੜਿਆਂ ਦੇ ਉੱਤੇ ਬਿਠਾ ਕੇ ਛਕਾਇਆ ਜਾਂਦਾ ਸੀ। ਮਤਲਬ ਪੁਰਾਣੇ ਸਮੇਂ 'ਚ ਚਟਾਈ ਦਾ ਇਹ ਕੰਮ ਕਰਦੇ ਸੀ, ਚਟਾਈ ਦਾ ਕੰਮ, ਹਾਂਜੀ ਇਹ ਕਰਦੇ ਸੀਗੇ ਜੀ ਮੂਹੜੇ ਜੀ। ਸਰ ਆ ਕੁਝ ਬਰਤਨ ਦੇਖਣ ਨੂੰ ਮਿਲ ਰਿਹਾ ਜੀ ਮਿੱਟੀ ਦੇ, ਇਹ ਦੱਸ ਦਿਓ ਜੀ ਕਿੰਨੇ ਕੁ ਸਾਲ ਪੁਰਾਣੇ ਨੇ? ਇਹ ਤੁਹਾਨੂੰ ਇਹਨਾਂ ਦੀ ਲੁੱਕ ਤੋਂ ਪਤਾ ਲੱਗਦਾ ਹੋਣਾ, ਇਹ ਗਰੀਬੀ ਦਾਵੇ ਦੇ ਭਾਂਡੇ ਆ। ਜਦੋਂ ਪਹਿਲਿਆਂ ਸਮਿਆਂ ਦੇ ਵਿੱਚ ਪੈਸੇ ਨਹੀਂ ਸੀ ਹੁੰਦੇ, ਉਸ ਵੇਲੇ ਇੱਦਾਂ ਦੀਆਂ ਲੋਕ ਚੀਜ਼ਾਂ ਇਕੱਠੀਆਂ ਕਰਕੇ ਕਿਚਨਾਂ ਬਣਾਉਂਦੇ ਸੀ, ਔਰ ਇਹਨਾਂ ਚੀਜ਼ਾਂ ਦੇ ਵਿੱਚ ਹੀ ਦੇਖ ਲਓ ਆਪਣਾ ਟਾਈਮ ਗੁਜ਼ਾਰ ਕੇ ਆਪਣੇ ਬੱਚਿਆਂ ਨੂੰ ਵੱਡੇ ਕਰਕੇ ਉਹਨਾਂ ਨੂੰ ਸਕੂਲਾਂ 'ਚ ਪੜ੍ਹਾ ਲਿਖਾ ਕੇ ਅੱਜ ਦੇਖ ਲਓ ਕਿਹੜੇ ਕਿਹੜੇ ਅਹੁਦਿਆਂ 'ਤੇ ਬੈਠੇ, ਇਹਨਾਂ ਬਰਤਨਾਂ ਦੇ ਨਾਲ ਹੀ ਉਹ ਪੜ੍ਹੇ ਲਿਖੇ। ਚਲੋ ਜੀ, ਮਿਊਜ਼ੀਅਮ ਦੇ ਵਿੱਚ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ ਜੀ, 35 ਅੱਖਰੀ ਊੜੇ ਅੜੇ ਦਾ ਕੈਦਾ ਸਾਨੂੰ ਦੇਖਣ ਨੂੰ ਮਿਲਿਆ, ਇਹ ਵੀ ਕਾਫੀ ਪੁਰਾਣਾ ਲੱਗਦਾ। ਸਰ ਕਿੰਨੇ ਕੁ ਸਾਲ ਪੁਰਾਣਾ ਜੀ ਇਹ ਕੈਦਾ? ਇਹ ਬਹੁਤ ਪੁਰਾਣਾ ਜੀ, ਇਹ ਜ਼ਿਆਦਾ ਨਹੀਂ ਕੋਈ 40 ਕੁ ਸਾਲ ਪੁਰਾਣਾ ਕੈਦਾ ਜੀ। ਇਹਦੇ ਵਿੱਚ ਤੁਹਾਨੂੰ ਦੇਖੋ ਜੀ ਊੜਾ ਅੜਾ ਹੋਰ 12 ਅੱਖਰੀ ਹੋਰ ਤੁਹਾਨੂੰ ਜੀ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹਰ ਚੀਜ਼ ਇਹਦੇ 'ਚ ਪੰਜਾਬੀ ਦੀ ਜਿਹੜੀ ਮੁੱਢਲੀ ਸਿੱਖਿਆ ਉਹ ਇਹਦੇ ਵਿੱਚ ਪਰੋ ਕੇ ਰੱਖੀ ਗਈ ਹੈ। ਇਹ ਉਸ ਵੇਲਿਆਂ ਦੇ ਕੈਦੇ ਆ ਜਦੋਂ ਟਾਟ ਹੁੰਦੇ ਸੀ ਸਕੂਲਾਂ ਦੇ ਵਿੱਚ, ਹੁਣ ਤਾਂ ਬੈਂਚ ਆ ਗਏ, ਹੋਰ ਕਈ ਸਹੂਲਤਾਂ ਹੋ ਗਈਆਂ ਸਕੂਲਾਂ ਦੇ ਵਿੱਚ। ਇਹ ਬਹੁਤ ਗਰੀਬੀ ਦਾਵੇ ਦੇ ਮਤਲਬ ਕਿ ਪੜ੍ਹਾਈ ਜਿਹੜੀ ਸੀਗੀ ਨਾ ਉਸ ਵੇਲੇ ਦੀਆਂ ਇਹ ਚੀਜ਼ਾਂ ਸਾਰੀਆਂ। ਤੇ ਆ ਸਲੇਟਾਂ, ਸਲੇਟਾਂ ਜੀ ਕਿੰਨੀਆਂ ਕੋ ਪੁਰਾਣੀਆਂ ਨੇ? ਸਲੇਟਾਂ ਵੀ ਕਾਫੀ ਪੁਰਾਣੀਆਂ ਜੀ, ਇਹ ਸਲੇਟਾਂ ਵੀ ਉਸੇ ਟਾਈਮ ਦੀਆਂ ਆਈਆਂ। ਆ ਜੀ ਕੈਮਰਾ ਪਿਆ ਮੇਰੇ ਤਾਇਆ ਜੀ ਦੀ ਨਿਸ਼ਾਨੀ, ਦੁਨੀਆਂ 'ਤੇ ਤਾਂ ਹੁਣ ਹੈ ਨਹੀਂ ਗੇ, ਪਰ ਉਹਨਾਂ ਦੀ ਨਿਸ਼ਾਨੀ ਮੈਂ ਸੰਭਾਲ ਕੇ ਰੱਖੀ ਆ। ਠੀਕ ਹੈ ਜੀ, ਇਹ ਕੈਮਰੇ ਦੀ ਮੈਂ ਵੱਡੇ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਆਹ ਵੀ ਕੈਮਰੇ ਉਹਨਾਂ ਦੀ ਨਿਸ਼ਾਨੀ ਆ, ਜਿੰਨੇ ਕੈਮਰੇ ਟੰਗੇ ਹੋਏ ਜੀ ਸਾਰੇ ਉਹਨਾਂ ਦੀ ਨਿਸ਼ਾਨੀ ਆ। ਆਹ ਮੇਰੇ ਦਾਦਾ ਜੀ ਦੀ ਖਰੀਦ ਆ, ਔਰ ਇਹ ਚੱਲਦਾ ਵੀ ਆ, ਮੈਂ ਤੁਹਾਨੂੰ ਚਲਾ ਕੇ ਵੀ ਦਿਖਾ ਦਾ ਹੁਣੀ। ਨਸ਼ਿਸ਼ਤੋਂ ਕੇ ਲੀਏ ਵੀ ਵੋਟੋ ਕੀ ਗਿਣਤੀ ਜਾਰੀ ਹੈ। 3 ਸੀਟੋਂ ਕੇ ਲੀਏ ਵੀ ਪੀਰ ਕੋ ਜ਼ਿਮਨੀ ਚੁਣਾਵ ਹੁਆ ਥਾ। ਅਬ ਤੱਕ 6 ਅਸੈਂਬਲੀ ਸੀਟੋਂ ਕੇ ਨਤਾਇਜ ਕਾ ਐਲਾਨ ਕੀਆ ਗਯਾ ਹੈ। ਫਿਰ ਕੇ ਮੁਤਾਬਿਕ 2 ਸੀਟੇ ਬੀਜੇਪੀ ਕੋ ਮਿਲੀ ਹੈ। ਇਹ ਪੁਰਾਣਾ ਰੇਡੀਓ ਹੈ ਜੀ, ਇਹ ਜਿੰਨਾ ਕੁ ਵੀ ਅੱਜ ਤੋਂ 150-200 ਸਾਲ ਪੁਰਾਣੀ ਚੀਜ਼ ਅੱਜ ਦੀ ਡੇਟ 'ਚ ਵੀ ਚੱਲਦੀ ਰੱਖੀ ਆ ਮੈਂ ਸੰਭਾਲ ਕੇ, ਮਗਰ ਬੜਾ ਮੁਸ਼ਕਿਲ ਆ ਕੰਮ, ਸਪੇਅਰ ਪਾਰਟ ਮਿਲਦਾ ਨਹੀਂ ਹੁਣ ਕੋਈ ਵੀ। ਇੱਧਰ ਵੀ ਆ ਸਾਰੇ ਮੇਰੇ ਪਿੰਡ ਵਾਸੀਆਂ ਨੇ ਮੈਨੂੰ ਸਮਾਨ ਦਿੱਤਾ ਸੀ, ਉਹ ਮੈਂ ਸਾਰਾ ਸੰਭਾਲ ਕੇ ਰੱਖਿਆ ਵਾ, ਤਾਂ ਕਿ ਉਹਨਾਂ ਨੇ ਤਾਂ ਸਿੱਟਿਆ ਸੀਗਾ, ਪਰ ਮੈਂ ਦੇਖ ਲਓ ਕਿੱਦਾਂ ਸਾਂਭ ਕੇ ਰੱਖਿਆ। ਪੁਰਾਣੇ ਵੇਲੇ ਦੇ ਕਲੋਕ ਛੋਟੇ, ਪੁਰਾਣੇ ਵੇਲੇ ਦੀਆਂ ਦੁਆਤਾਂ ਜਦੋਂ ਪੜ੍ਹਨ ਜਾਂਦੇ ਸੀ ਪਹਿਲਾਂ ਬੰਦੇ ਸਾਰੇ, ਹਾਂਜੀ ਇਹ ਉਸ ਵੇਲੇ ਦੀਆਂ ਦੁਆਤਾਂ, ਪੁਰਾਣੇ ਵੇਲਿਆਂ ਦੀ ਟੌਰਚਾਂ, ਇਹ ਹੁਣ ਚੀਜ਼ਾਂ ਜਿਹੜੀਆਂ ਅਲੋਪ ਹੋ ਚੁੱਕੀਆਂ। ਕੰਗਣ ਵਾਲਾ ਗਲਾਸ, ਇੱਕੋ ਹੀ ਗਲਾਸ ਸਾਰਾ ਦਿਨ ਪੀ ਕੇ ਦੁੱਧ ਦਾ ਜਾਂ ਲੱਸੀ ਦਾ, ਅਤੇ ਸਾਰਾ ਦਿਨ ਹੀ ਇੰਨਾ ਨਿਕਲਦਾ ਸੀ। ਆਹ ਜਿਹੜਾ ਗਲਾਸ ਤੁਹਾਨੂੰ ਦਿਖਾਇਆ ਪੂਰਾ 1 ਲੀਟਰ ਦਾ ਗਲਾਸ ਆ, 1.5 ਲੀਟਰ ਦਾ ਵੱਡਾ ਵੱਡਾ ਗਲਾਸ। ਇਹ ਹੁਣ ਪੁਰਾਣੇ ਟੈਲੀਫੋਨ ਆ ਜੀ, ਜਦੋਂ ਪਹਿਲਾਂ ਹੁਣ ਤਾਂ ਮੋਬਾਈਲ ਆ ਗਏ ਆ, ਪਹਿਲਾਂ ਟੈਲੀਫੋਨ ਵੀ ਬਹੁਤ ਘੱਟ ਹੁੰਦੇ ਸੀ, ਕਿਸੇ ਕਿਸੇ ਦੇ ਘਰ ਹੁੰਦੇ ਸੀ ਆਹ ਟੈਲੀਫੋਨ, ਜੇ ਕਿਸੇ ਦਾ ਟੈਲੀਫੋਨ ਆਉਣਾ ਕਿਸੇ ਦੇ ਘਰ ਲੱਗਾ ਹੋਣਾ, ਦੂਸਰੇ ਬੰਦੇ ਨੂੰ ਬੁਲਾਉਣ ਜਾਂਦੀਆਂ ਹੁੰਦੀਆਂ ਸੀ ਬੁੜੀਆਂ, ਵੀ ਬੁਲਾ ਕੇ ਲਿਆਓ ਜੀ ਤੁਹਾਡਾ ਟੈਲੀਫੋਨ ਆਇਆ, ਆ ਕੇ ਸੁਣ ਲਓ ਬਾਹਰੋਂ ਆਇਆ ਜਾਂ ਕਿੱਥੋਂ ਵੀ ਆਇਆ। ਇਸ ਤੋਂ ਪਹਿਲਾਂ ਇੱਕ ਤਾਰ ਸਿਸਟਮ ਹੁੰਦਾ ਸੀ, ਤਾਰ ਜੀ ਚੱਲਦੀ ਹੁੰਦੀ ਸੀ, ਉਹਦੇ ਨਾਲ ਮੈਸੇਜ ਦਿੰਦੇ ਹੁੰਦੇ ਸੀ, ਕਿਸੇ ਨੂੰ ਬੁਲਾਉਣਾ ਜਾਂ ਜਾਣਾ ਜਾਂ ਭੇਜਣਾ ਕੁਛ ਵੀ, ਤਾਂ ਉਹ ਤਾਰ ਰਾਹੀਂ ਮੈਸੇਜ ਸੰਦੇਸ਼ ਜਿਹੜਾ ਪਹੁੰਚਾਇਆ ਜਾਂਦਾ ਸੀ। ਪੁਰਾਣੇ ਕਲੋਕ ਲੱਗੇ ਹੋਏ ਜੀ, ਇਹ ਸਾਰੇ ਪੁਰਾਣੇ ਪਹਿਲੇ ਵੇਲਿਆਂ ਦੇ,
ਸਾਰੇ ਸਾਂਭੇ, ਕੁਛ ਮੰਜਿਆਂ 'ਤੇ ਪਏ ਆ, ਕੁਛ ਉੱਪਰ ਪਏ ਆ ਜੀ, ਸਾਰੇ ਲੱਗੇ ਹੋ, ਸਾਰੇ ਚੱਲਦੇ ਆ, ਚਾਬੀਆਂ ਚੁਬੀਆਂ ਦੇਣ ਵਾਲੀਆਂ, ਲੱਕੜੀ ਦੇ ਪਰਾਂ ਵਾਲਾ ਪੱਖਾ ਜੀ, ਇਹਦੇ ਪਰ ਲੱਕੜੀ ਦੇ ਹਨ, ਮੇਡ ਇਨ ਇੰਗਲੈਂਡ ਦਾ ਪੱਖਾ ਜੀ ਆਹ ਪੱਖਾ। ਇਹ ਪੱਖਾ ਸਿੱਧਾ ਚੱਲਦਾ, ਇਹ ਪੱਖਾ ਜੀ ਉਲਟਾ ਚੱਲਦਾ, ਇਹਦੀ ਹਵਾ ਥੱਲੇ ਨੂੰ। ਇਹ ਬ੍ਰਿਟੇਨ ਗੋਰਿਆਂ ਦੇ ਵੇਲੇ ਦਾ ਪੱਖਾ, ਇਹ ਵੀ ਇੰਗਲੈਂਡ ਤੋਂ ਲਿਆਂਦਾ ਸੀ, ਬ੍ਰਿਟਿਸ਼ ਮੇਡ ਆ। ਹਾਂਜੀ, ਸਰ ਜਿਹਦੇ ਕੋਲ ਤੁਸੀਂ ਹੁਣ ਖੜੇ ਹੋ, ਮਤਲਬ ਇਹ ਕੀ ਚੀਜ਼ ਹੈ? ਇਹ ਪੁਰਾਣੀ ਲੂਨਾ ਜੀ, ਇਹਨੂੰ ਲੂਨਾ ਕਹਿੰਦੇ ਸੀ। ਇਹ ਪਹਿਲਾਂ ਕਿਸੇ ਕਿਸੇ ਦੇ ਘਰ ਹੁੰਦੀ ਸੀ, ਇਹ ਚਲਾਉਂਦੇ ਹੁੰਦੇ ਸੀ ਲੂਨਾ। ਇਹ ਲੂਨਾ ਇਹ ਮੈਨੂੰ ਮੇਰੇ ਫਰੈਂਡ ਨੇ ਦਿੱਤੀ ਸੀ ਕਿਸੇ ਨੇ, ਉਹ ਮੈਨੂੰ ਕਹਿੰਦਾ ਸੀ ਇੱਥੇ ਪਈ ਆ, ਇੱਡੀ ਗਲ ਗੁਲ ਜਾਣੀ ਆ, ਤੂੰ ਇਹਨੂੰ ਲੈ ਜਾ ਯਾਰ, ਇੱਥੋਂ ਸਾਡੇ ਉਹ ਸਾਂਭ ਲਾ, ਉੱਥੇ ਜਾ ਕੇ ਰੱਖ ਲਾ। ਅਤੇ ਸਰ ਇਹ ਕਿੰਨੇ ਕੁ ਸਾਲ ਪੁਰਾਣੀ ਹੈ ਲੂਨਾ? ਕਾਫੀ ਪੁਰਾਣੀ ਆ ਜੀ, ਹੈਗੀ ਆ ਕੋਈ 50-60 ਸਾਲ ਦੇ ਕਰੀਬ ਪੁਰਾਣੀ ਹੋਈ ਹੈ। ਸਰ ਇਹ ਜੋ ਚਰਖੇ ਤੁਹਾਡੇ ਮਿਊਜ਼ੀਅਮ 'ਚ ਪਏ ਨੇ, ਇਹ ਚਰਖਾ ਕਿੰਨੇ ਕੁ ਸਾਲ ਪੁਰਾਣਾ ਹੈ, ਚਰਖੇ ਕਿੰਨੇ ਕੁ ਸਾਲ ਪੁਰਾਣੇ ਨੇ? ਇਹ ਚਰਖਾ ਜਿਹੜਾ ਜੀ, ਇਹ ਪੁਰਾਣਾ ਪਹਿਲੇ ਵੇਲਿਆਂ ਦਾ ਹੀ ਆ। ਜਿਹੜੀਆਂ ਪਿੰਡ ਦੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ, ਉਹ ਪਹਿਲਾਂ ਇੱਕ ਵਿਹੜੇ ਦੇ ਵਿੱਚ ਚਰਖਾ ਰੱਖ ਕੇ, ਤਾਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹੁੰਦੀਆਂ ਸੀ, ਘਰ ਘਰ ਵੀ ਕੱਤਦੀਆਂ ਸੀ ਬੀਬੀਆਂ। ਇਹਦੇ ਨਾਲ ਫਿਰ ਸੂਤ ਵੱਟ ਕੇ ਖੇਸ ਬਣਾਉਂਦੀਆਂ ਸੀ, ਕੋਈ ਦਰੀਆਂ ਬਣਾਉਂਦੀਆਂ ਸੀ, ਕੋਈ ਕੁਛ ਬਣਾਉਂਦੀਆਂ ਸੀ, ਕੋਈ ਪੱਖੀਆਂ ਵੀ ਬਣਦੀਆਂ ਸੀ। ਇਸ ਤਰ੍ਹਾਂ ਨਾ ਇਹ ਬੜੀ ਮਿਹਨਤ ਵਾਲਾ ਕੰਮ ਸੀਗਾ, ਇਹ ਪਹਿਲੀਆਂ ਬੀਬੀਆਂ ਦਾ ਹੀ ਕੰਮ ਸੀ। ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਇਹਨੂੰ ਚੱਕ ਕੇ ਬਾਹਰ ਮਾਰਦੀਆਂ, ਉਹ ਕਹਿੰਦੀਆਂ ਚਰਖੇ ਚੁਰਖੇ ਇਹ ਘਰਾਂ 'ਚ ਨਹੀਂ ਰੱਖਣੇ, ਇਹ ਸਾਨੂੰ ਨਹੀਂ ਚੰਗੇ ਲੱਗਦੇ। ਚਲੋ ਜੀ, ਹੁਣੇ ਹੁਣੇ ਤੁਸੀਂ ਦੇਖਿਆ ਸਰਦਾਰ ਸੁਖਦੀਪ ਸਿੰਘ ਜੀ ਹੋਰਾਂ ਦੇ ਘਰ ਬਣਿਆ ਹੋਇਆ ਮਿਊਜ਼ੀਅਮ, ਜਿਸ ਮਿਊਜ਼ੀਅਮ ਦੇ ਵਿੱਚ ਉਹਨਾਂ ਨੇ ਪੰਜਾਬੀ ਵਿਰਸੇ ਦੇ ਨਾਲ ਨਾਲ ਭਾਰਤ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਵਸਤੂਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ। ਅਸੀਂ ਸਾਂਝਾ ਮੁੱਦਾ ਚੈਨਲ ਦੇ ਰਾਹੀਂ ਪੰਜਾਬ ਅਤੇ ਭਾਰਤ ਵਾਸੀਆਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਕਿ ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣ, ਤਾਂ ਜੋ ਉਹ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਅਤੇ ਆਪਣੇ ਕਲਚਰ ਦੇ ਨਾਲ ਜੋੜ ਸਕਣ। ਕੈਮਰਾਮੈਨ ਚਿਰਾਗ ਦੇ ਨਾਲ ਮੈਂ ਮਨਪ੍ਰੀਤ ਕੌਰ। इस चैनल पर चल रहे मुद्दों पर अपने विचार देने के लिए कमेंट करें, और अपडेट रहने के लिए चैनल को लाइक एंड सब्सक्राइब करें, और हाँ, बेल आइकन दबाना ना भूलें।